रूपगढ़ ज्योति चैनल में आप सबका स्वागत है। रायसिंहगढ़ के गांव बमपुरा में कबड्डी ओपन टूर्नामेंट रखा गया है। सरपंच संजू सहारण, पूर्व सरपंच गंगा सिंह डाल द्वारा टूर्नामेंट का उद्घाटन किया गया। कमेटी सदस्य संदीप बिश्नोई, संदीप डाल, पवन बोर्ड, पंकज बिश्नोई, साहिल डाल, पवन सहारण टूर्नामेंट की व्यवस्था में लगे हुए हैं। उन्होंने बताया कि लगभग 30 से 35 टीमें भाग ले रही है, जिसमें कर्णपुर, गंगानगर, पदमपुर, रायसिंहगढ़, विजयनगर, 8LM, 15LM, अनूपगढ़, समेजा कोठी, बरूबाला से टीमें आई हुई है। विजेता को 11,000 रुपये नकद इनाम, उपविजेता को 7100 रुपये दिए जाएंगे। टूर्नामेंट में वरिष्ठ अध्यापक ओम प्रकाश चीनिया का योगदान रहा। कमेटी वाले नाम जो फिक्स करके दस देने, 8 कैंडी है या LM, 8 एंडी वर्सेस सूरत कर दो टीमों के दरमियान अगला मैच जो शुरू होना है। एक नंबर ग्राउंड के दोनों टीमें ग्राउंड के आवन गए, लो एक पासे टीम आ गई। ਮੈਟਰ ਜਿਹੜਾ ਆਊਟ ਹੋ ਗਿਆ, ਮੈਂ ਫਿਰ ਦੱਸ ਦਿੰਦਾ ਵੀ ਜਿਹੜੇ ਰੈਫਰੀ ਖੜੇ ਆ ਨਾ, ਉਹਨੇ ਆਪਣੀ ਉਮਰ ਆ ਜਿੰਨੀ ਇਹਨਾਂ ਨੇ ਗਰਾਊਂਡਾਂ 'ਚ ਕੱਢੀ ਦਾ, ਉਹਨੀ ਤਾਂ ਆਪਣੀ ਉਮਰ ਹੀ ਆ ਜਿੰਨੀ ਇਹਨਾਂ ਨੇ ਗਰਾਊਂਡਾਂ 'ਚ ਕੱਢਤੀ। ਕਬੱਡੀ 3 ਦੇ ਇਸ਼ਾਰੇ ਕਹਿੰਦੇ ਦਿੱਲੀ ਵੱਲ ਹੋ ਗਏ ਆ, ਮੈਚ ਜਿਹੜਾ ਐਨ ਦਿੱਲੀ ਵਾਲਿਆਂ ਨੇ ਆਪਣੇ ਪਾਸੇ ਕਰ ਰੱਖਿਆ ਵੀ ਮੈਚ ਜਿਹੜਾ ਸਾਡੇ ਵਾਲੇ ਪਾਸੇ ਹੈ। ਫਿਰ ਕਹਿੰਦੇ ਕਰਨਪੁਰ ਵੱਲੋਂ ਪਾਈ ਹੋਈ ਕਬੱਡੀ, ਮੁਕਾਬਲੇ ਜਿਹੜੇ ਚੱਲ ਰਹੇ ਆ ਪਿਛਲੇ ਪਾਸੇ ਕਬੱਡੀ ਦੇ ਟੂਰਨਾਮੈਂਟ ਚੱਲ ਰਹੇ ਆ, ਇਹ ਭੌਂਪਰੇ ਦੇ ਵਿੱਚ ਬਹੁਤ ਵਧੀਆ ਕਬੱਡੀ ਚੱਲ ਰਹੀ ਹੈ। ਜਿਹੜੇ ਓਪਨ ਦੇ ਮੁਕਾਬਲੇ ਖੇਡੇ ਜਾ ਰਹੇ ਆ, ਕਾਫੀ ਸਮੇਂ ਤੋਂ ਲੰਮੇ ਸਮੇਂ ਤੋਂ ਪਿੰਡਾਂ ਤੈਅ ਕਰਕੇ ਟੀਮਾਂ ਪੁੱਜੀਆਂ ਹੋਈਆਂ, ਸਾਰੇ ਨਗਰ ਨੇ ਬਹੁਤ ਵਧੀਆ ਵਿਵਸਥਾ ਕੀਤੀ ਹੋਈ ਹੈ ਅਤੇ ਸਵੇਰ ਦੇ ਲੈ ਕੇ ਬਹੁਤ ਵਧੀਆ ਮੁਕਾਬਲੇ ਚੱਲ ਰਹੇ ਆ। ਇਸ ਤੋਂ ਬਾਅਦ ਕੱਲ੍ਹ ਨੂੰ ਵੀ ਇਸ ਦੇ ਮੈਚ ਦੇ ਵਿੱਚ ਫਾਈਨਲ ਮੈਚ ਖੇਡੇ ਜਾਣਗੇ। ਐਨ ਕਹਿੰਦੇ ਚੋਟੀ ਦੀਆਂ ਮੁਕਾਬਲੇ ਦੀਆਂ ਟੀਮਾਂ ਇਸ ਪਿੰਡ ਦੇ ਵਿੱਚ ਆ ਰਹੀਆਂ। ਇਨਾਮ 11,000 ਰੁਪਇਆ ਫਸਟ ਪ੍ਰਾਈਜ਼ ਰੱਖਿਆ ਗਿਆ। ਉਸ ਤੋਂ ਬਾਅਦ ਆਪਾਂ ਬਹੁਤ ਵਧੀਆ ਇੱਥੇ ਮੁਕਾਬਲੇ ਚੱਲ ਰਹੇ ਆ, ਟੀਮਾਂ ਬਹੁਤ ਕਾਫੀ ਪੁੱਜ ਗਈਆਂ ਅਤੇ ਬਹੁਤ ਵਧੀਆ ਅਵਸਥਾ ਇਸ ਨਗਰ ਦੀ ਹੋ ਰਹੀ ਹੈ। ਹੈਲੋ ਫਰੈਂਡਸ, ਆਪਸੇ ਰਿਕੁਐਸਟ ਹੈ ਕਿ ਆਪ ਅਨੂਪਗੜ੍ਹ ਜੋਤੀ ਚੈਨਲ ਕੋ ਸਬਸਕ੍ਰਾਈਬ ਕੀਜੀਏ, ਲਾਈਕ ਕੀਜੀਏ ਔਰ ਸ਼ੇਅਰ ਕੀਜੀਏ।